श्री अकाल तख्त साहिब दे जथेदार ज्ञानी रघुवीर सिंह ने अकाल तख्त साहिब दी फसील तो सिख कौम दे नाम संदेश भी जारी किया। बंदी छोड़ दिहाड़े की वधाई दिंदियां जथेदार रघुवीर सिंह ने इस मुल्क दे विच घट गिणती सिख भाईचारे दे नाल सरकार दे वतीरे का जिक्र भी किया अते वख-वख मुद्दियां ते सरकार दे वल्लों सिखां नूं बेगानगी दा अहसास करवाउण दी निंदिया वी कीती। श्री गुरु ग्रंथ साहिब जी दी बेअदबी दीआं घटनावां, बंदी सिंघां दी रिहाई ना होणा अते इक साजिश तहत पंजाब दी किरसानी नूं खत्म करके नौजवानां दा विदेशां विच प्रवास करवाउण वर्गे मुद्दियां दा सिंघ साहिब ने अपने संदेश विच जिक्र कीता। सिख बच्चियां नूं देश दे उच्चे अहुदिआं ते तैनात करन दे लई श्रोमणी गुरुद्वारा प्रबंधक कमेटी दे वल्लों चंडीगढ़ दे विच जिहड़ा सिखलाई केंद्र स्थापित कीता गया है उस दे लई उन्हां ने सिख कौम नूं कौमी फंड बोर्ड स्थापित कीते जाण लई वी कहा ਤਾਂ ਜੋ ਐਸ ਜੀ ਪੀ ਸੀ ਦੇ ਵੱਲੋਂ 50 ਸਿੱਖ ਬੱਚੇ ਬੱਚਿਆਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪ੍ਰੀਖਿਆ ਦੀ ਜਿਹੜੀ ਇੱਥੇ ਤਿਆਰੀ ਕਰਵਾਈ ਜਾਂਦੀ ਹੈ ਉੱਥੇ ਆਉਂਦੇ ਸਾਲਾਂ ਦੇ ਵਿੱਚ ਗਿਣਤੀ ਸੈਂਕੜਿਆਂ ਤੱਕ ਪਹੁੰਚ ਸਕੇ ਤੇ ਇਸ ਦੇ ਲਈ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਗਿਆਨੀ ਰਘਵੀਰ ਸਿੰਘ ਨੇ ਪਿਛਲੇ 28 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਅਪੀਲ ਕੀਤੀ ਹੈ ਕਿ ਰਾਜੋਆਣਾ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜੋ ਉਹਨਾਂ ਦੀ ਜ਼ਿੰਦਗੀ ਤੇ ਕੌਮ ਲਈ ਚਿੰਤਾ ਵਾਲਾ ਹੋਵੇ। ਜਥੇਦਾਰ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਖਤਮ ਕਰਨ ਦੀ ਅਪੀਲ ਦੇਸ਼ ਦੇ ਗ੍ਰਹਿ ਮੰਤਰਾਲੇ ਕੋਲ ਪਈ ਹੈ ਜਿਸ ਤੇ ਫੈਸਲਾ ਨਾ ਹੋਣਾ ਸਿੱਖਾਂ ਨੂੰ ਦੇਸ਼ ਦੇ ਅੰਦਰ ਦੂਜੇ ਦਰਜੇ ਦੇ ਸ਼ਹਿਰੀ ਮਹਿਸੂਸ ਕਰਵਾਉਣਾ ਹੈ। ਕਹਿੰਦੇ ਰਾਜੀਵ ਗਾਂਧੀ ਦੇ ਕਾਤਲਾਂ ਤੇ ਬਿਲਕਿਸ ਬਾਨੋ ਦੇ ਪਰਿਵਾਰ ਨੂੰ ਖਤਮ ਕਰਨ ਵਾਲਿਆਂ ਦੀ ਰਿਹਾਈ ਸਪਸ਼ਟ ਸੰਕੇਤ ਹੈ ਕਿ ਦੇਸ਼ ਅੰਦਰ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਕਿ ਉਹ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਯਤਨ ਕਰੇ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਲਈ ਠੋਸ ਕਦਮ ਚੁੱਕੇ। ਨਾਲ ਹੀ ਜਥੇਦਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਜਾਰੀ ਕੀਤਾ ਹੈ ਕਿ ਉਹ ਇਸ ਸਬੰਧੀ ਆਪਣਾ ਸਾਰਥਕ ਰੋਲ ਅਦਾ ਕਰਨ। ਕਮੇਟੀ ਦੇ ਸਾਰੇ ਅਹੁਦੇਦਾਰ ਗ੍ਰਹਿ ਮੰਤਰਾਲੇ ਦੇ ਨਾਲ ਆਪਣੇ ਨੇੜਲੇ ਸਬੰਧਾਂ ਦੀ ਵਰਤੋਂ ਕਰਦਿਆਂ ਹੋਇਆਂ ਭਾਈ ਰਾਜੋਆਣਾ ਦੀ ਅਪੀਲ ਤੇ ਛੇਤੀ ਫੈਸਲਾ ਕਰਵਾਉਣ ਦੇ ਲਈ ਯਤਨ ਕਰਨ ਅਤੇ 15 ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਭੇਜਣ। ਸ੍ਰੀ ਅਕਾਲ ਤਖ਼ਤ ਸਾਹਿਬ ਅੱਜ ਦੇ ਸੰਦੇਸ਼ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰਦਾ ਹੈ ਕਿ ਉਹ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਯਤਨ ਕਰੇ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਠੋਸ ਕਦਮ ਚੁੱਕੇ। ਸਮੂਹ ਗੁਰੂ ਨਾਨਕ ਨਾਮ ਲੇਵਾ ਪੰਥ ਅਤੇ ਪੰਥਕ ਜਥੇਬੰਦੀਆਂ ਵੀ ਇਸ ਕੌਮੀ ਕਾਰਜ ਵਿੱਚ ਮੋਹਰੀ ਸਫਾ ਦੇ ਤੌਰ ਤੇ ਯਤਨ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪੰਥਕ ਦਲਾਂ ਅਤੇ ਜਥੇਬੰਦੀਆਂ ਦੀ ਇਸ ਸੰਜੀਦਾ ਮੁੱਦੇ ਉੱਤੇ ਜਲਦ ਇਕੱਤਰਤਾ ਸੱਦੇ। ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਸਿੱਖਾਂ ਪ੍ਰਤੀ ਅਸਹਿਣਸ਼ੀਲਤਾ ਦੇ ਵਰਤਾਰੇ ਸਾਹਮਣੇ ਆ ਰਹੇ ਹਨ। ਕਿਤੇ ਫਿਰਕਾ ਪ੍ਰਸਤੀ ਵਿੱਚ ਅੰਨੇ ਸਿਆਸੀ ਲੋਕਾਂ ਵੱਲੋਂ ਗੁਰਦੁਆਰਿਆਂ ਨੂੰ ਉਖਾੜ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿਤੇ ਆਏ ਦਿਨ ਸੋਸ਼ਲ ਮੀਡੀਆ ਉੱਪਰ ਸਿੱਖ ਸਿਧਾਂਤਾਂ ਦਾ ਵਿਖੌਲ ਉਡਾਉਂਦਿਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਆਏ ਦਿਨ ਦਾ ਵਰਤਾਰਾ ਬਣ ਰਹੀਆਂ ਹਨ। ਸਿਰਫ 2% ਆਬਾਦੀ ਹੋਣ ਦੇ ਬਾਵਜੂਦ ਦੇਸ਼ ਦੀ ਆਜ਼ਾਦੀ ਲਈ 80% ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਦੇਸ਼ ਅੰਦਰ ਸਿਆਸੀ ਵਿਤਕਰਿਆਂ ਦੀ ਵੀ ਲੜੀ ਲਗਾਤਾਰ ਨਵੇਰੀ ਹੁੰਦੀ ਜਾ ਰਹੀ ਹੈ। ਸਿੱਖ ਕੌਮ ਨੂੰ ਦੇਖਾ ਦੇਖੀ ਆਪਣੇ ਬੱਚੇ ਪੜ੍ਹਾਈ ਜਾਂ ਰੁਜ਼ਗਾਰ ਵਾਸਤੇ ਵਿਦੇਸ਼ਾਂ ਵਿੱਚ ਭੇਜਣ ਦੀ ਬਜਾਏ ਉਹਨਾਂ ਨੂੰ ਦੇਸ਼ ਅੰਦਰ ਰਹਿੰਦਿਆਂ ਆਪਣੀ ਕਾਬਲੀਅਤ ਅਤੇ ਊਰਜਾ ਨੂੰ ਉਸਾਰੂ ਦਿਸ਼ਾ ਵੱਲ ਸੇਵਤ ਕਰਕੇ ਉੱਚ ਪ੍ਰਸ਼ਾਸਨਿਕ, ਆਰਥਿਕ, ਡਾਕਟਰੀ, ਸਿੱਖਿਆ, ਤਕਨੀਕੀ ਅਤੇ ਵਣਜ ਵਪਾਰ ਦੇ ਖੇਤਰ ਵਿੱਚ ਵੀ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਜਿਵੇਂ ਕਿ IAS, IPS ਆਦਿ ਵਿੱਚ ਸ਼ਾਮਲ ਕਰਵਾਉਣ ਲਈ ਇੱਕ ਕੌਮੀ ਫੰਡ ਬੋਰਡ ਵੀ ਸਥਾਪਿਤ ਕੀਤਾ ਜਾਵੇ ਤਾਂ ਜੋ ਜਿੱਥੇ ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ 50 ਸਿੱਖ ਬੱਚੇ ਬੱਚੀਆਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰਵਾਈ ਜਾ ਰਹੀ ਹੈ ਉੱਥੇ ਆਉਂਦੇ ਸਾਲਾਂ ਵਿੱਚ ਇਹ ਗਿਣਤੀ ਸੈਂਕੜਿਆਂ ਤੱਕ ਪੁੱਜ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਜੀਵਨ ਮੁਤਾਬਿਕ ਮਨੁੱਖਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੱਤੀ। ਆਪਾਂ ਕੁਛ ਪੁਰਾਤਨ ਆਪਣੀਆਂ ਰਵਾਇਤਾਂ ਵੀ ਸਾਂਭ ਕੇ ਰੱਖੀਏ। ਜਿਹਲੇ ਕੋਈ ਦੁਸ਼ਮਣ ਸਿੱਖ ਪੰਥ ਦਾ ਬਣਦਾ ਤੇ ਇਕੱਠੇ ਹੋ ਜਾਂਦੇ ਸੀ ਸਿੱਖ। ਅੱਜ ਵੀ ਅਜੋਕਾ ਸਮਾਂ ਆ, ਇਕੱਠੇ ਹੋਈਏ, ਇੱਕ ਸੁਰਤਾ ਦੇ ਵਿੱਚ ਉਹਨਾਂ ਤਾਕਤਾਂ ਦਾ ਟਾਕਰਾ ਕਰੀਏ
ਜਿਹੜੀਆਂ ਤਾਕਤਾਂ ਅੱਜ ਸਿੱਖ ਪੰਥ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰ ਜਾ ਰਹੀਆਂ, ਸੋ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਇਹ ਨਾਨਕਸ਼ਾਹੀ ਕੈਲੰਡਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹਨੂੰ ਜਾਰੀ ਕੀਤਾ ਸੀ ਤੇ ਮੈਂ ਦੇਖਦਾ ਕਈ ਵਾਰੀ ਸਾਨੂੰ ਅਵੇਸਲੇਪਨ ਦੇ ਵਿੱਚ ਹੀ ਉਹ ਪਿੰਡੋਂ ਆਉਂਦਾ ਸੀ, ਕਿੱਥੇ ਨੂੰ ਚੱਲਾਂ, ਅੰਮ੍ਰਿਤਸਰ ਚੱਲਾਂ ਦੀਵਾਲੀ ਮਨਾਉਣ। ਇਹ ਐਕਚੁਅਲੀ ਦੀਵਾਲੀ ਭਾਵੇਂ ਦੂਸਰੇ ਫਿਰਕੇ ਦਾ ਇਹ ਤਿਉਹਾਰ ਆ, ਜੀ ਯਾਦ ਕੇ ਸਤਿਕਾਰ ਵੀ ਕਰਦੇ ਹਾਂ, ਪਰ ਸਿੱਖਾਂ ਦਾ ਇਹ ਬੰਦੀ ਛੋੜ ਦਿਵਸ ਆ। ਅੱਜ ਕੌਮ ਜਿਹੜੀ ਆ ਇਹ ਆਪਣੇ ਤਿਉਹਾਰਾਂ ਤੋਂ, ਚਾਹੇ ਆਪਾਂ ਦੁਸਹਿਰਾ ਹੋਵੇ ਚਾਹੇ ਦੀਵਾਲੀ ਹੋਵੇ, ਇਹਨੂੰ ਦੁਸਹਿਰੇ ਨੂੰ ਖਾਲਸਾ ਦਰਬਾਰ ਦੇ ਰੂਪ ਦੇ ਵਿੱਚ ਅਤੇ ਦੀਵਾਲੀ ਦਾ ਇਹ ਤਿਉਹਾਰ ਜਿਹੜਾ ਕਿਉਂਕਿ ਸਿੱਖਾਂ ਲਈ ਇਹ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ, ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਇਸ ਪਵਿੱਤਰ ਸਿਧਾਂਤ ਦੇ ਥੱਲੇ ਇਕੱਤਰ ਹੋ ਕੇ ਆਪਾਂ ਉਹਨਾਂ ਦਾ ਨਿਸ਼ਾਨਦੇਹੀ ਵੀ ਕਰੀਏ ਜਿਹੜੇ ਅੱਜ ਸਿੱਖ ਪੰਥ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ। ਸੋ ਸਾਰਿਆਂ ਨੂੰ ਇੱਕ ਵਾਰੀ ਫਿਰ ਦਿਲ ਦੀਆਂ ਡਗਿਆਈਆਂ ਤੋਂ ਬਹੁਤ ਬਹੁਤ ਵਧਾਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਇੱਕ ਖਾਸ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਮੌਕੇ ਆਪਾਂ ਘੱਟ ਤੋਂ ਘੱਟ ਪ੍ਰਦੂਸ਼ਣ ਕਰੀਏ, ਘੱਟ ਤੋਂ ਘੱਟ ਪਟਾਕੇ ਚਲਾਈਏ, ਹੋ ਸਕੇ ਤਾਂ ਹਰੇ ਪਟਾਕੇ ਹੀ ਚਲਾਏ ਜਾਣ, ਕਿਉਂਕਿ ਦੇਸ਼ ਦੇ ਬਹੁਤ ਸਾਰੇ ਬੱਚਿਆਂ ਦੀ ਇਸ ਦਿਨ ਅੱਖਾਂ ਦੀ ਰੌਸ਼ਨੀ ਸਦਾ ਲਈ ਇਹਨਾਂ ਪਟਾਕਿਆਂ ਕਰਕੇ ਚਲੀ ਜਾਂਦੀ ਹੈ। ਉਹਨਾਂ ਲਈ ਤਾਂ ਕਹਿੰਦੇ ਰੌਸ਼ਨੀਆਂ ਦਾ ਤਿਉਹਾਰ ਹਨੇਰੇ ਦਾ ਤਿਉਹਾਰ ਬਣ ਜਾਂਦਾ ਹੈ। ਇਸ ਲਈ ਮੁੱਖ ਮੰਤਰੀ ਨੇ ਕਾਮਨਾ ਕੀਤੀ ਕਿ ਹਰੀ ਦੀਵਾਲੀ ਹੀ ਮਨਾਈ ਜਾਵੇ। ਹੈਪੀ ਦੀਵਾਲੀ ਦੇ ਨਾਲ ਨਾਲ ਮੈਂ ਸੇਫ ਦੀਵਾਲੀ ਵੀ ਕਹੂੰਗਾ, ਕਿਉਂਕਿ ਆਪਾਂ ਦੇਖਦੇ ਹਾਂ ਕਿ ਜੋ ਗਿਰਦੇ ਦੇ ਵਿੱਚ ਜੋ ਵਾਤਾਵਰਨ ਹੈ, ਜੋ ਹਵਾ ਹੈ, ਉਹ ਬਹੁਤ ਪ੍ਰਦੂਸ਼ਿਤ ਹੋ ਚੁੱਕੀ ਹੈ। ਸੋ ਬਤੌਰ ਮੁੱਖ ਮੰਤਰੀ ਮੈਂ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਇਹ ਬੇਨਤੀ ਕਰਦਾ ਕਿ ਜ਼ਿੰਮੇਵਾਰ ਨਾਗਰਿਕ ਬਣ ਕੇ ਘੱਟ ਤੋਂ ਘੱਟ ਪ੍ਰਦੂਸ਼ਣ ਕਰੀਏ, ਪਟਾਕੇ ਘੱਟ ਤੋਂ ਘੱਟ, ਬਲਕਿ ਗ੍ਰੀਨ ਦੀਵਾਲੀ ਵੱਲ ਚੱਲੀਏ। ਅਤੇ ਸੇਫ ਦੀਵਾਲੀ ਦਾ ਮਤਲਬ ਹੈ ਕਿ ਹਾਲਾਂਕਿ ਦੀਵਾਲੀ ਜਿਹੜਾ ਉਹ ਰੌਸ਼ਨੀਆਂ ਦਾ ਤਿਉਹਾਰ ਮੰਨਿਆ ਜਾਂਦਾ, ਪਰ ਇਸ ਦਿਨ ਸਾਡੇ ਦੇਸ਼ 'ਚ ਹਜ਼ਾਰਾਂ ਬੱਚਿਆਂ ਦੀ, ਹਜ਼ਾਰਾਂ ਨੌਜਵਾਨਾਂ ਦੀ, ਹਜ਼ਾਰਾਂ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਸਦਾ ਲਈ ਚਲੀ ਜਾਂਦੀ ਹੈ। ਸੋ ਉਹਨਾਂ ਲਈ ਤਾਂ ਇਹ ਹਨੇਰਿਆਂ ਦਾ ਤਿਉਹਾਰ ਬਣ ਜਾਂਦਾ। ਸੋ ਸਾਨੂੰ ਸਾਵਧਾਨੀ ਵੀ ਵਰਤਣੀ ਚਾਹੀਦੀ, ਖਾਸ ਤੌਰ 'ਤੇ ਬੱਚਿਆਂ ਨੂੰ, ਇਸ ਕਿਉਂਕਿ ਚਾਅ ਹੁੰਦਾ ਬੱਚਿਆਂ ਨੂੰ ਪਟਾਕਿਆਂ ਦਾ ਜਾਂ ਨੇੜੇ ਖੜ ਕੇ ਦੇਖਣ ਦਾ। ਸੋ ਇੱਕ ਵਾਰੀ ਫਿਰ ਮੈਂ ਤੁਹਾਨੂੰ ਇਹ ਕਾਮਨਾ ਕਰਦੇ ਹੋਏ ਕਿ ਤਰੱਕੀ ਆਵੇ, ਤੰਦਰੁਸਤੀ ਆਵੇ, ਬੁਲੰਦੀਆਂ ਨੂੰ ਛੂਹੀਏ, ਪੰਜਾਬ ਤਰੱਕੀਆਂ ਕਰੇ, ਹਰ ਘਰ ਦੇ ਵਿੱਚ ਖੁਸ਼ੀਆਂ ਆਉਣ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ। ਪੰਜਾਬ ਦੇ ਵਿੱਚ ਭਾਵੇਂ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਸੀ, ਪਰ ਪੰਜਾਬ ਦੇ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਖੂਬ ਪਟਾਕੇਬਾਜ਼ੀ ਕੀਤੀ। ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਿੱਚ ਵੀ ਰਾਤ 10 ਵਜੇ ਤੱਕ ਨਹੀਂ ਬਲਕਿ 11:30 ਵਜੇ ਤੱਕ ਪਟਾਕੇ ਚੱਲਦੇ ਰਹੇ। ਸਰਕਾਰਾਂ ਦੇ ਨਾਲ ਨਾਲ ਸੁਪਰੀਮ ਕੋਰਟ ਅਤੇ ਕੌਮੀ ਗ੍ਰੀਨ ਟ੍ਰਿਬਿਊਨਲ ਨੇ ਵੀ ਲੋਕਾਂ ਨੂੰ ਪਟਾਕੇ ਨਾ ਚਲਾਉਣ ਜਾਂ ਫਿਰ ਹਰੇ ਪਟਾਕੇ ਚਲਾਉਣ ਦੀ ਹੀ ਅਪੀਲ ਕੀਤੀ ਸੀ, ਪਰ ਬਾਜ਼ਾਰਾਂ ਦੇ ਵਿੱਚ ਖੂਬ ਪਟਾਕੇ ਵੇਚੇ ਵੀ ਗਏ, ਖਰੀਦੇ ਵੀ ਗਏ ਅਤੇ ਚਲਾਏ ਵੀ ਗਏ। ਤੇ ਦੀਵਾਲੀ ਤੋਂ ਦੂਸਰੇ ਦਿਨ ਲੋਕਾਂ ਦੇ ਵੱਲੋਂ ਕਾਣੀ ਦੀਵਾਲੀ ਮਨਾਈ ਜਾਂਦੀ ਹੈ, ਯਾਨੀ ਕਿ ਅੱਜ ਵੀ ਲੋਕ ਕਿਤੇ ਨਾ ਕਿਤੇ ਪਟਾਕੇ ਚਲਾਉਂਦੇ ਦਿਖਾਈ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਖੁਸ਼ਹਾਲੀ, ਤਰੱਕੀ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਮੋਦੀ ਕੱਲ੍ਹ ਫੌਜ ਦੇ ਜਵਾਨਾਂ ਨਾਲ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਉਣ ਦੇ ਲਈ ਹਿਮਾਚਲ ਪ੍ਰਦੇਸ਼ ਦੇ ਲੇਪਚਾ ਪਹੁੰਚੇ ਹੋਏ ਸੀ। ਪੀਐਮ ਮੋਦੀ ਤੋਂ ਇਲਾਵਾ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਸਿਆਸੀ, ਧਾਰਮਿਕ, ਸਮਾਜਿਕ ਲੀਡਰਾਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ।